ਕਿ ਮਾਮਲਾ ਕੀ ਹੈ, ਕਿਹੜਾ ਬਾਰਾਦਰੀ ਦੇ ਵਿੱਚ ਇੱਕ ਰੇਪ ਕੇਸ ਦਾ ਮਾਮਲਾ ਦਰਜ ਹੋਇਆ? ਬਾਰਾਦਰੀ ਜੀ, ਇੱਕ ਸਵੇਰੇ ਕੰਪਲੇਂਟ ਆਈ ਸੀ ਸਾਡੇ ਕੋਲ ਜੀ ਕਿ ਕੋਈ ਪਵਾੜੇ ਦੀ ਰਹਿਣ ਵਾਲੀ ਲੜਕੀ ਆ, ਨਾਂ ਨਹੀਂ ਦੱਸ ਸਕਦੇ ਤੁਹਾਨੂੰ, ਜੀ ਤੇ ਉਹਨੇ ਕਿਹਾ ਕਿ ਮੇਰੇ ਨਾਲ ਗਲੋਬਲ ਇਮੀਗ੍ਰੇਸ਼ਨ ਵਾਲਾ ਜਿਹੜਾ ਆ, ਇਹਨੇ ਇਲੀਸਿਟ ਰਿਲੇਸ਼ਨ ਬਣਾਏ ਮੈਨੂੰ ਉੱਥੇ ਬੁਲਾ ਕੇ ਜੀ ਆਪਣਾ, ਇੱਥੇ ਨਾਲ ਹੀ ਹੋਟਲ ਆ PAB ਚੌਂਕ ਦੇ, ਮੈਨੂੰ ਹੁਣ ਹੋਟਲ ਦਾ ਨਾਮ ਨਹੀਂ ਯਾਦ, ਜੀ ਅੰਬੈਸਡਰ ਹੋਟਲ ਦੇ ਨਾਲ ਜੀ ਉੱਥੇ ਬੁਲਾਇਆ ਇਹਨੇ ਮੈਨੂੰ ਕਿਸੇ ਕੰਮ ਲਈ, ਤੇ ਬਾਅਦ ਚ ਰੂਮ ਚ ਲੈ ਕੇ ਤੇ ਮੈਂ ਨਾ ਜਿਹੜਾ ਜ਼ਬਰਦਸਤੀ ਰਿਲੇਸ਼ਨ ਬਣਾਇਆ, 300 ਇਹਦਾ ਰੇਪ ਕੇਸ ਦਾ ਪਰਚਾ ਦਰਜ ਹੋ ਗਿਆ ਜੀ, ਬੰਦੇ ਦੀ ਅਰੈਸਟ ਵੀ ਪੈ ਚੁੱਕੀ ਆ ਜੀ ਔਰ ਪਲੱਸ ਲੜਕੀ ਦੀ ਵੀ ਮੈਡੀਕਲ ਕਰਾਉਣ ਭੇਜੀ ਹੋਈ। ਇਹ ਲੜਕੀ ਠੀਕ ਹੈ ਸਰ ਹੁਣ? ਬਿਲਕੁਲ ਠੀਕ ਠਾਕ ਜੀ ਲੜਕੀ, ਕੋਈ ਗੱਲ ਨਹੀਂ। ਤਾਂ ਕੀ ਕਾਰਵਾਈ ਕੀਤੀ ਗਈ ਹੁਣ? ਰੇਪ ਕੇਸ ਉੱਤੇ ਰਜਿਸਟਰ ਕਰ ਦਿੱਤਾ ਗਿਆ ਜੀ, ਜੀ ਉਹਦੀ ਅਰੈਸਟ ਪੈ ਚੁੱਕੀ ਹੈ। ਇਹ ਮਾਲਕ ਹੈ ਜਾਂ ਉਸ? ਆਪ ਖੁਦ ਓਨਰ ਜੀ। ਹਾਂਜੀ ਜੀ ਜੀ ਧੰਨਵਾਦ ਧੰਨਵਾਦ ਸਰ। ਸਰ ਕੀ ਮਾਮਲਾ ਕੀ ਹੈ, ਕਿਹੜਾ ਬਾਰਾਦਰੀ ਦੇ ਵਿੱਚ ਇੱਕ ਰੇਪ ਕੇਸ ਦਾ ਮਾਮਲਾ ਦਰਜ ਹੋਇਆ? ਬਾਰਾਦਰੀ ਜੀ, ਇੱਕ ਸਵੇਰੇ ਕੰਪਲੇਂਟ ਆਈ ਸੀ ਸਾਡੇ ਕੋਲ ਜੀ ਕਿ ਕੋਈ ਪਵਾੜੇ ਦੀ ਰਹਿਣ ਵਾਲੀ ਲੜਕੀ ਆ, ਨਾਂ ਨਹੀਂ ਦੱਸ ਸਕਦੇ ਤੁਹਾਨੂੰ ਜੀ, ਤੇ ਉਹਨੇ ਕਿਹਾ ਕਿ ਮੇਰੇ ਨਾਲ ਗਲੋਬਲ ਇਮੀਗ੍ਰੇਸ਼ਨ ਵਾਲਾ ਜਿਹੜਾ ਆ, ਇਹਨੇ ਇਲੀਸਿਟ ਰਿਲੇਸ਼ਨ ਬਣਾਏ ਮੈਨੂੰ ਉੱਥੇ ਬੁਲਾ ਕੇ ਜੀ ਆਪਣਾ, ਇੱਥੇ ਨਾਲ ਹੀ ਹੋਟਲ ਆ PAB ਚੌਂਕ ਦੇ, ਮੈਨੂੰ ਹੁਣ ਹੋਟਲ ਦਾ ਨਾਮ ਨਹੀਂ ਯਾਦ, ਜੀ ਅੰਬੈਸਡਰ ਹੋਟਲ ਦੇ ਨਾਲ ਜੀ ਉੱਥੇ ਬੁਲਾਇਆ ਇਹਨੇ ਮੈਨੂੰ ਕਿਸੇ ਕੰਮ ਲਈ, ਤੇ ਬਾਅਦ ਚ ਰੂਮ ਚ ਲੈ ਕੇ ਤੇ ਮੈਂ ਨਾ ਜਿਹੜਾ ਜ਼ਬਰਦਸਤੀ ਰਿਲੇਸ਼ਨ ਬਣਾਇਆ, 300 ਇਹਦਾ ਰੇਪ ਕੇਸ ਦਾ ਪਰਚਾ ਦਰਜ ਹੋ ਗਿਆ ਜੀ, ਬੰਦੇ ਦੀ ਅਰੈਸਟ ਵੀ ਪੈ ਚੁੱਕੀ ਆ ਜੀ ਔਰ ਪਲੱਸ ਲੜਕੀ ਦੀ ਵੀ ਮੈਡੀਕਲ ਕਰਾਉਣ ਭੇਜੀ ਹੋਈ। ਇਹ ਲੜਕੀ ਠੀਕ ਹੈ ਸਰ ਹੁਣ? ਬਿਲਕੁਲ ਠੀਕ ਠਾਕ ਜੀ ਲੜਕੀ, ਕੋਈ ਗੱਲ ਨਹੀਂ। ਤਾਂ ਕੀ ਕਾਰਵਾਈ ਕੀਤੀ ਗਈ ਹੁਣ? ਰੇਪ ਕੇਸ ਉੱਤੇ ਰਜਿਸਟਰ ਕਰ ਦਿੱਤਾ ਗਿਆ ਜੀ, ਜੀ ਉਹਦੀ ਅਰੈਸਟ ਪੈ ਚੁੱਕੀ ਹੈ। ਇਹ ਮਾਲਕ ਹੈ ਜਾਂ ਉਸ? ਆਪ ਖੁਦ ਓਨਰ ਜੀ। ਹਾਂਜੀ ਜੀ ਜੀ ਧੰਨਵਾਦ ਧੰਨਵਾਦ ਸਰ। ਸਰ ਕੀ ਮਾਮਲਾ ਕੀ ਹੈ, ਕਿਹੜਾ ਬਾਰਾਦਰੀ ਦੇ ਵਿੱਚ ਇੱਕ ਰੇਪ ਕੇਸ ਦਾ ਮਾਮਲਾ ਦਰਜ ਹੋਇਆ? ਬਾਰਾਦਰੀ ਜੀ, ਇੱਕ ਸਵੇਰੇ ਕੰਪਲੇਂਟ ਆਈ ਸੀ ਸਾਡੇ ਕੋਲ ਜੀ ਕਿ ਕੋਈ ਪਵਾੜੇ ਦੀ ਰਹਿਣ ਵਾਲੀ ਲੜਕੀ ਆ, ਨਾਂ ਨਹੀਂ ਦੱਸ ਸਕਦੇ ਤੁਹਾਨੂੰ ਜੀ, ਤੇ ਉਹਨੇ ਕਿਹਾ ਕਿ ਮੇਰੇ ਨਾਲ ਗਲੋਬਲ ਇਮੀਗ੍ਰੇਸ਼ਨ ਵਾਲਾ ਜਿਹੜਾ ਆ, ਇਹਨੇ ਇਲੀਸਿਟ ਰਿਲੇਸ਼ਨ ਬਣਾਏ ਮੈਨੂੰ ਉੱਥੇ ਬੁਲਾ ਕੇ ਜੀ ਆਪਣਾ, ਇੱਥੇ ਨਾਲ ਹੀ ਹੋਟਲ ਆ PAB ਚੌਂਕ ਦੇ, ਮੈਨੂੰ ਹੁਣ ਹੋਟਲ ਦਾ ਨਾਮ ਨਹੀਂ ਯਾਦ ਜੀ, ਅੰਬੈਸਡਰ ਹੋਟਲ ਦੇ ਨਾਲ ਜੀ ਉੱਥੇ ਬੁਲਾਇਆ ਇਹਨੇ ਮੈਨੂੰ ਕਿਸੇ ਕੰਮ ਲਈ, ਤੇ ਬਾਅਦ ਚ ਰੂਮ ਚ ਲੈ ਕੇ ਤੇ ਮੈਂ ਨਾ ਜਿਹੜਾ ਜ਼ਬਰਦਸਤੀ ਰਿਲੇਸ਼ਨ ਬਣਾਇਆ, 300 ਇਹਦਾ ਰੇਪ ਕੇਸ ਦਾ ਪਰਚਾ ਦਰਜ ਹੋ ਗਿਆ ਜੀ, ਬੰਦੇ ਦੀ ਅਰੈਸਟ ਵੀ ਪੈ ਚੁੱਕੀ ਆ ਜੀ ਔਰ ਪਲੱਸ ਲੜਕੀ ਦੀ ਵੀ ਮੈਡੀਕਲ ਕਰਾਉਣ ਭੇਜੀ ਹੋਈ। ਇਹ ਲੜਕੀ ਠੀਕ ਹੈ ਸਰ ਹੁਣ? ਬਿਲਕੁਲ ਠੀਕ ਠਾਕ ਜੀ ਲੜਕੀ, ਕੋਈ ਗੱਲ ਨਹੀਂ। ਤਾਂ ਕੀ ਕਾਰਵਾਈ ਕੀਤੀ ਗਈ ਹੁਣ? ਰੇਪ ਕੇਸ ਉੱਤੇ ਰਜਿਸਟਰ ਕਰ ਦਿੱਤਾ ਗਿਆ ਜੀ, ਜੀ ਉਹਦੀ ਅਰੈਸਟ ਪੈ ਚੁੱਕੀ ਹੈ। ਇਹ ਮਾਲਕ ਹੈ ਜਾਂ ਉਸ? ਆਪ ਖੁਦ ਓਨਰ ਜੀ। ਹਾਂਜੀ ਜੀ ਜੀ ਧੰਨਵਾਦ ਧੰਨਵਾਦ ਸਰ।